ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਸ ਟੀਵੀ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ, ਤੁਹਾਡਾ ਹੋਸਟ, ਤੁਹਾਡਾ ਦੋਸਤ। ਅੱਜ ਜਸ ਬ੍ਰੌਡਕਾਸਟਿੰਗ ਦੀ ਟੀਮ ਪਹੁੰਚੀ ਹੈ ਇੰਡੀਅਨ ਐਪਲਸ ਔਰ ਬਿਜ਼ਨਸ ਆਫ ਦਾ ਵੀਕ ਦੇ ਵਿੱਚ। ਅੱਜ ਅਸੀਂ ਤੁਹਾਨੂੰ ਉਸ ਸ਼ਖਸੀਅਤ ਨਾਲ ਮੁਖਾਤਿਬ ਕਰਾਵਾਂਗੇ ਜਿਹਨੇ ਇੰਸ਼ੋਰੈਂਸ ਦਾਇਰੇ ਦੇ ਵਿੱਚ ਆਪਣਾ ਨਾਂ ਨੌਰਥ ਅਮੈਰੀਕਾ ਦੇ ਵਿੱਚ ਚਮਕਾਇਆ। ਅਸੀਂ ਸਮਝਦੇ ਹਾਂ ਕਿ ਹਰ ਚੀਜ਼ ਜ਼ਰੂਰੀ ਹੈ, ਲੇਕਿਨ ਸਾਡੇ ਲਈ ਇੰਸ਼ੋਰੈਂਸ ਕਿੰਨੀ ਜ਼ਰੂਰੀ ਹੈ। ਔਰ ਨੌਰਥ ਅਮੈਰੀਕਾ ਦੀ ਵੱਖ ਵੱਖ ਸਟੇਟਾਂ ਦੇ ਵਿੱਚ, 50 ਸਟੇਟਾਂ ਦੇ ਵਿੱਚ ਕਿੰਨੇ ਆਪਣਾ ਨਾਂ ਚਮਕਾਇਆ, ਕਿਉਂਕਿ ਜਸ ਪੰਜਾਬੀ ਹਮੇਸ਼ਾ ਤੁਹਾਨੂੰ ਉਹਨਾਂ ਬਿਜ਼ਨਸ ਐਂਟਰਪ੍ਰੀਨਿਓਰਸ ਨਾਲ ਮੁਖਾਤਿਬ ਕਰਾਉਂਦੀ ਹੈ ਜਿਨ੍ਹਾਂ ਨੇ ਕੁਝ ਹਟ ਕੇ ਕੰਮ ਕੀਤਾ। ਅੱਜ ਮੈਂ ਤੁਹਾਨੂੰ ਜਿਸ ਸ਼ਖਸੀਅਤ ਨਾਲ ਮੁਖਾਤਿਬ ਕਰਾਵਾਂਗਾ, ਉਹਨੇ ਇੰਸ਼ੋਰੈਂਸ ਫੀਲਡ ਦੇ ਵਿੱਚ ਆਪਣਾ ਨਾਂ ਨੌਰਥ ਅਮੈਰੀਕਾ ਦੇ ਵਿੱਚ ਸਭ ਤੋਂ ਅੱਗੇ ਲੈ ਕੇ ਜਾਂਦਾ, ਕਿਉਂਕਿ 20 ਸਾਲ ਦੀ ਉਹਨਾਂ ਦਾ ਤਜਰਬਾ ਔਰ 20 ਸਾਲ ਦੀ ਉਹਨਾਂ ਦੀ ਮਿਹਨਤ ਕਿਵੇਂ ਉਹਨਾਂ ਨੂੰ ਬਣਾਉਂਦੀ ਹੈ ਸਕਸੈਸਫੁਲ ਬਿਜ਼ਨਸਮੈਨ। ਆਓ ਮਿਲਵਾਉਂਦੇ ਹਾਂ ਤੁਹਾਨੂੰ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਸਕਸੈਸਫੁਲ ਬਿਜ਼ਨਸਮੈਨ ਰਣਦੀਪ ਸਿੰਘ ਚਾਵਲਾ ਦੇ ਨਾਲ। ਇਹ ਨੇ ਰਣਦੀਪ ਸਿੰਘ ਚਾਵਲਾ, ਐਕਸੀਡ ਇੰਸ਼ੋਰੈਂਸ ਏਜੰਸੀ ਨੂੰ ਐਸਟੈਬਲਿਸ਼ ਕਰਨ ਅਤੇ ਪੂਰੇ ਅਮਰੀਕਾ ਵਿੱਚ ਸਕਸੈਸਫੁਲੀ ਚਲਾਉਣ ਵਾਲੇ। ਇਹ ਹੈ ਐਕਸੀਡ ਇੰਸ਼ੋਰੈਂਸ ਏਜੰਸੀ ਦਾ ਆਫਿਸ, ਜਿੱਥੇ ਡਿਸਿਪਲਿਨਡ ਮੈਨਰ ਦੇ ਨਾਲ ਕਸਟਮਰਸ ਨੂੰ ਡੀਲ ਕੀਤਾ ਜਾਂਦਾ ਹੈ। Exceed Insurance, this is Sandeep. How may I help you? Hi, how are you today? I'm Harkeelat Singh Aluwalia from Just Punjabi. Hi, sir. I do have an appointment with Mr. Chawla. He's there? Yes, he's waiting for you. Oh, so nice. Yes, sir, please. Thank you. ਸੋ ਇਟਸ ਬਿੰਗ ਲੋਂਗ ਜਸਟ ਵੰਡਰਿੰਗ ਕਿ ਤੁਹਾਡੇ ਨਾਲ ਮੁਲਾਕਾਤ ਹੋ ਜਾਏ, ਅਤੇ ਅੱਜ ਅਸੀਂ ਜ਼ਰੂਰ ਆਪਣੇ ਵਿਊਅਰਸ ਨੂੰ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਤੁਹਾਡੇ ਨਾਲ ਮੁਖਾਤਿਬ ਕਰਾਉਣਾ ਚਾਹੁੰਦੇ ਹਾਂ। ਅਤੇ ਰਣਦੀਪ ਭਾਅ ਜੀ, ਸਭ ਤੋਂ ਪਹਿਲਾਂ ਮੈਂ ਐਕਸੀਡ ਇੰਸ਼ੋਰੈਂਸ ਬਾਰੇ ਜਾਣਨਾ ਚਾਹਾਂਗਾ, ਬਿਜ਼ਨਸ ਕੀ ਹੈ ਅਤੇ ਤੁਸੀਂ ਕੀ ਕਰਦੇ ਹੋ? ਐਕਸੀਡ ਇੰਸ਼ੋਰੈਂਸ ਇੱਕ ਬ੍ਰੋਕਰੇਜ ਹੈ, ਇੰਸ਼ੋਰੈਂਸ ਦੀ ਬ੍ਰੋਕਰੇਜ ਹੈ। ਸਾਡੇ ਦੋ ਆਫਿਸਿਸ ਨੇ, ਇੱਕ ਇੰਡੀਆਨਾ ਵਿੱਚ, ਇੱਕ ਸੈਕਰਾਮੈਂਟੋ ਕੈਲੀਫੋਰਨੀਆ ਵਿੱਚ, ਅਤੇ ਅਸੀਂ ਕਮਰਸ਼ੀਅਲ ਇੰਸ਼ੋਰੈਂਸ ਵਿੱਚ ਸਪੈਸ਼ਲਾਈਜ਼ ਕਰਦੇ ਹਾਂ। ਹੈਵਿੰਗ ਸੈਡ ਦੈਟ, ਅਸੀਂ ਪਰਸਨਲ ਇੰਸ਼ੋਰੈਂਸ, ਆਟੋ, ਹੋਮ, ਲਾਈਫ ਵੀ ਕਰਦੇ ਹਾਂ, ਪਰ ਸਾਡਾ ਮੇਨ ਫੋਕਸ ਕਮਰਸ਼ੀਅਲ ਇੰਸ਼ੋਰੈਂਸ ਵੱਲ ਹੈ। ਅਤੇ ਅਸੀਂ ਸਾਰੇ 50 ਸਟੇਟਸ 'ਚ ਲਾਇਸੈਂਸਡ ਹਾਂ, ਬਟ ਸਾਡਾ ਜਿਹੜਾ ਫਿਲਮ, ਸਾਡਾ ਬਿਜ਼ਨਸ ਫੋਕਸ ਇਜ਼ ਆਲਮੋਸਟ ਇਨ 30 ਸਟੇਟਸ। ਓਕੇ, ਸੋ ਜਿਵੇਂ ਮੈਂ ਤੁਹਾਡੀ ਵੈਬਸਾਈਟ ਵੇਖ ਰਿਹਾ ਸੀਗਾ, ਗੈਸ ਸਟੇਸ਼ਨਸ, ਹੋਟੈਲਸ, ਰੈਸਟੋਰੈਂਟ, ਗਰੋਸਰੀ ਸਟੋਰਸ, ਸ਼ੋਪਿੰਗ ਮਾਲਸ ਦੇ ਵਿੱਚ ਜਿਹੜੇ ਸਾਡੇ ਆਊਟਲੈਟਸ ਨੇ, ਤੁਸੀਂ ਉਹਨਾਂ ਨੂੰ ਆਪਣੀ ਸਰਵਿਸਿਜ਼ ਦਿੰਦੇ ਹੋ, ਅਤੇ ਤੁਹਾਡੀ USP ਕੀ ਹੈ ਬੇਸਿਕਲੀ? ਜਿਵੇਂ ਤੁਸੀਂ ਕਿਹਾ, ਸਾਡੇ ਫੀਚਰਡ ਪ੍ਰੋਡਕਟਸ ਨੇ ਜਿਹਦੇ ਵਿੱਚ ਗੈਸ ਸਟੇਸ਼ਨਸ, ਹੋਟੈਲਸ, ਗਰੋਸਰੀ ਸਟੋਰਸ, ਲਿਕਰ ਸਟੋਰਸ, ਸ਼ੋਪਿੰਗ ਪਲਾਜ਼ਾਸ ਹੋ ਗਏ, ਜਾਂ ਕਿਸੇ ਵੀ ਟਾਈਪ ਦੀ ਕਮਰਸ਼ੀਅਲ ਰੀਅਲ ਸਟੇਟ ਹੋ ਗਈ। ਸੋ ਦੈਟਸ ਆਰ ਸਪੈਸ਼ਲਾਈਜੇਸ਼ਨ। ਸੋ ਅਸੀਂ ਕਈ ਇੰਸ਼ੋਰੈਂਸ ਕੰਪਨੀ ਨਾਲ ਟੇਲਰ ਮੇਡ ਇੰਸ਼ੋਰੈਂਸ ਪ੍ਰੋਗਰਾਮ ਕ੍ਰੀਏਟ ਕੀਤਾ ਹੈ ਇਹਨਾਂ ਬਿਜ਼ਨਸਿਸ ਵਾਸਤੇ। ਆਈ ਬੀਨ ਡੂਇੰਗ ਦਿਸ ਆਲਮੋਸਟ 20 ਈਅਰਸ। ਸੋ ਅਸੀਂ ਕਾਫੀ ਐਕਸਪੀਰੀਅੰਸ ਨਾਲ ਅਤੇ ਕਾਫੀ ਗਲਤੀਆਂ ਕਰਨ ਤੋਂ ਬਾਅਦ ਸਿੱਖ ਕੇ ਅਸੀਂ ਅੰਡਰਸਟੈਂਡ ਕੀਤਾ ਵੀ ਜਿਵੇਂ ਕੋਈ ਗੈਸ ਸਟੇਸ਼ਨ ਹੈ ਉਹਦੇ ਵਿੱਚ ਕਿਹੜੀ ਕਵਰੇਜ ਚਾਹੀਦੀ ਹੁੰਦੀ ਆ। ਸੋ ਅਸੀਂ ਉਹ ਕਵਰੇਜ ਨੂੰ ਦੇਖਦੇ ਹੋਇਆ ਅਸੀਂ ਉਸ ਗੈਸ ਸਟੇਸ਼ਨ ਬਾਰੇ, ਲਿਕਰ ਸਟੋਰ ਜਾਂ ਹੋਟਲ ਨਾਲ ਅਸੀਂ ਆਪਣੀ ਸਪੈਸ਼ਲਾਈਜ਼ ਕਵਰੇਜ ਡਿਜ਼ਾਈਨ ਕੀਤੀ ਹੈ ਇੰਸ਼ੋਰੈਂਸ ਕੈਰੀਅਰਸ ਨਾਲ। ਓਕੇ, ਮੈਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਕਈ ਅਜਿਹੇ ਹਿਡਨ ਕਵਰੇਜ ਹੁੰਦੀ ਹੈ ਜੋ ਕਿ ਅਸੀਂ ਕਵਰ ਨਹੀਂ ਕਰਾਉਂਦੇ ਔਰ ਉਹਦੇ ਕਲੇਮ ਵੀ ਜਿਹੜੇ ਹੈ ਅਸੀਂ ਨਹੀਂ ਲੈਂਦੇ, ਲੇਕਿਨ ਮਾਸਟਰ ਆਫ ਇੰਸ਼ੋਰੈਂਸ ਰਣਦੀਪ ਭਾਅ ਜੀ ਸਾਡੇ ਨਾਲ ਬੈਠੇ ਨੇ, ਉਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਹਾਂ ਕਿ ਉਹ ਹਿਡਨ ਕਲੇਮਸ ਕਿਹੜੇ ਕਿਹੜੇ ਹੋ ਸਕਦੇ ਹਨ ਔਰ ਉਹਨਾਂ ਦੀ ਕਵਰੇਜ ਜਿਹੜੀ ਹੈ ਉਹ ਕਿਸ ਲਿਹਾਜ਼ ਦੇ ਨਾਲ ਲਿੱਤੀ ਜਾ ਸਕਦੀ ਆ। ਭਾਅ ਜੀ, ਜਿਵੇਂ ਜੀ ਆਪਾਂ ਗੈਸ ਸਟੇਸ਼ਨ ਦਾ ਐਗਜ਼ਾਮਪਲ ਲੈਂਦੇ ਹਾਂ, ਆਪਣੇ ਪੰਜਾਬੀ ਭਰਾ ਜ਼ਿਆਦਾ ਅਮੈਰੀਕਾ ਵਿੱਚ, ਨੌਰਥ ਅਮੈਰੀਕਾ ਵਿੱਚ ਗੈਸ ਸਟੇਸ਼ਨ, ਹੋਟਲ, ਲਿਕਰ ਸਟੋਰ, ਟਰੱਕਿੰਗ ਜਾਂ ਆਪਣੀ ਰੀਅਲ ਸਟੇਟ ਬਿਜ਼ਨਸ ਚੱਲੇ ਕਾਫੀ। ਗੈਸ ਸਟੇਸ਼ਨ ਦਾ ਐਗਜ਼ਾਮਪਲ ਲੈਂਦੇ ਹੋਏ ਆਪਾਂ ਗੱਲ ਕਰੀਏ, ਕਈ ਚੀਜ਼ਾਂ ਹੁੰਦੀਆਂ ਜਿਹੜੀ ਗੈਸ, ਜਿਵੇਂ ਕੈਸ਼ ਦੀ ਕਵਰੇਜ ਹੁੰਦੀ ਹੈ, ਕਈ ਲੋਕ ਚੈੱਕ ਕੈਸ਼ਿੰਗ ਵੀ ਕਰਦੇ ਆ, ਸਾਈਨ ਦੀ ਕਵਰੇਜ ਚਾਹੀਦੀ ਹੈ, ਵੱਡਾ ਸਾਈਨ ਲੱਗਿਆ ਗੈਸ ਸਟੇਸ਼ਨ ਦਾ, ਗੈਸ ਦਾ ਸਾਈਨ। ਕਈ ਇੰਸ਼ੋਰੈਂਸ ਕੰਪਨੀਜ਼ ਉਹ ਸਾਈਨ ਦੀ ਕਵਰੇਜ ਜਾਂ ਕੈਸ਼ ਦੀ ਕਵਰੇਜ ਘੱਟ ਕਰਦੇ ਆ। ਓਕੇ, ਜਿਹੜੀ ਅਸੀਂ ਸਪੈਸ਼ਲੀ ਡਿਜ਼ਾਈਨ ਪਾਲਿਸੀ ਕਹਿੰਦੇ ਹਾਂ, ਆਪਾਂ ਜਿਹੜੀ ਪਾਲਿਸੀਜ਼ ਕਰਦੇ ਹਾਂ ਉਹਦੇ ਵਿੱਚ ਜ਼ਿਆਦਾ ਕਵਰੇਜ, ਡਬਲ ਔਰ ਟ੍ਰਿਪਲ ਆਫ ਨੋਰਮਲ ਇੰਡਸਟਰੀ ਸਟੈਂਡਰਡ।
ਉਹ ਸਭ ਅਸੀਂ ਅੰਡਰਸਟੈਂਡ ਕਰਦੇ ਹਾਂ ਬਿਜ਼ਨਸ ਨੂੰ ਤਾਂ ਹੀ ਕਰਾਈਆਂ ਸਾਰੀਆਂ ਸੋ ਉਹ ਆਟੋਮੈਟਿਕਲੀ ਉਹ ਕਵਰੇਜਿਸ ਨਾਲ ਆਉਂਦੀਆਂ ਜਦ ਤੁਸੀਂ ਸਾਡੇ ਤੋਂ ਪਾਲਿਸੀ ਬਾਏ ਕਰਦੇ ਹੋ ਸੇਮ ਥਿੰਗ ਵਿਦ ਹੋਟੇਲ ਸੇਮ ਥਿੰਗ ਵਿਦ ਗਰੋਸਰੀ ਸਟੋਰਸ ਐਥਨਿਕ ਸਟੋਰਸ ਇੰਡੀਅਨ ਗਰੋਸਰੀ ਸਟੋਰ ਇੰਡੀਅਨ ਰੈਸਟੋਰੈਂਟ ਫਰੈਂਚਾਈਜ਼ ਰੈਸਟੋਰੈਂਟ ਅਸੀਂ ਹਰ ਫਰੈਂਚਾਈਜ਼ ਨਾਲ ਕੰਮ ਕਰਦੇ ਹਾਂ ਚਾਹੇ ਉਹ ਹੋਟਲ ਦੀ ਫਰੈਂਚਾਈਜ਼ ਹੋਏ ਜਾਂ ਕੋਈ ਰੈਸਟੋਰੈਂਟ ਦੀ ਫਰੈਂਚਾਈਜ਼ ਹੋਏ ਜਾਂ ਕੋਈ ਫਾਸਟ ਫੂਡ ਦੀ ਫਰੈਂਚਾਈਜ਼ ਹੋਏ ਅਸੀਂ ਆਲਮੋਸਟ ਨੌਰਥ ਅਮੈਰੀਕਾ 'ਚ ਕੋਈ ਵੀ ਫਰੈਂਚਾਈਜ਼ ਕੰਪਨੀ ਹੈ ਜਿਵੇਂ 7-Eleven ਹੋ ਗਈ ਜਾਂ ਹੋਟਲਸ 'ਚ ਹਿਲਟਨ ਮੈਰੀਓਟ ਚੋਇਸ ਹੋਟਲਸ ਹੋ ਗਏ ਗੈਸ ਸਟੇਸ਼ਨ 'ਚ ਮੈਰਾਥੋਨ BP ਸਭ ਨਾਲ ਕੰਮ ਕਰਦੇ ਹਾਂ ਅਸੀਂ ਸਾਡੀ ਹਰ ਕੰਪਨੀ ਨਾਲ ਰਿਲੇਸ਼ਨਸ਼ਿਪ ਹੈ ਓਕੇ ਅਸੀਂ ਅੰਡਰਸਟੈਂਡ ਕਰਦੇ ਹਾਂ ਉਹ ਕੰਪਨੀ ਦੇ ਕੀ ਰਿਕੁਆਇਰਮੈਂਟਸ ਹੈ ਆਪਣੇ ਓਪਰੇਟਰ ਬਾਰੇ ਅਤੇ ਕੀ ਰਿਕੁਆਇਰਮੈਂਟਸ ਉਹਨਾਂ ਦੀ ਹੁੰਦੀ ਹੈ ਬੇਸਿਕਲੀ ਜਿਵੇਂ ਹੋਟਲਸ ਵਿੱਚ ਟਿਪੀਕਲ ਜਿਵੇਂ ਹਿਲਟਨ ਦੀ ਪ੍ਰੋਪਰਟੀ ਹੈ ਜਾਂ ਮੈਰੀਓਟ ਦੀ ਪ੍ਰੋਪਰਟੀ ਹੈ ਜਾਂ ਚੋਇਸ ਹੋਟਲਸ ਦੀ ਪ੍ਰੋਪਰਟੀ ਹੈ ਉਹਨਾਂ ਦੀ ਅੰਬਰੇਲਾ ਰਿਕੁਆਇਰਮੈਂਟਸ ਹੁੰਦੀਆਂ ਉਹਨਾਂ ਦੀ ਅੱਜ ਕੱਲ੍ਹ ਸਾਈਬਰ ਥਰੈਟ ਹੈ ਉਹਦੀ ਰਿਕੁਆਇਰਮੈਂਟਸ ਹੁੰਦੀਆਂ ਸੋ ਹਰ ਫਰੈਂਚਾਈਜ਼ ਦੀ ਇੰਸ਼ੋਰੈਂਸ ਰਿਕੁਆਇਰਮੈਂਟਸ ਹੁੰਦੀਆਂ ਅਤੇ ਤੁਸੀਂ ਉਹ ਕਿਵੇਂ ਸਰਵਿਸਿਸ ਦਿੰਦੇ ਹੋ ਉਹ ਜੀ ਅਸੀਂ ਅੰਡਰਸਟੈਂਡ ਕਰਦੇ ਹਾਂ ਕੀ ਕਵਰੇਜਿਸ ਹੈ ਜਦ ਅਸੀਂ ਆਪਣੀ ਪ੍ਰਪੋਜ਼ਲ ਪ੍ਰੈਜੈਂਟ ਕਰਨੀ ਹੈ ਕਸਟਮਰ ਨੂੰ ਉਹਦੇ ਵਿੱਚ ਆਲਰੇਡੀ ਉਹ ਕਵਰੇਜ ਹੁੰਦੀ ਆ ਓਕੇ ਸੋ ਕਸਟਮਰ ਨੂੰ ਬਾਅਦ 'ਚ ਉਹ ਲੈਣੀ ਨਹੀਂ ਪੈਣੀ ਆ ਓਕੇ ਫਰੈਂਚਾਈਜ਼ ਰਿਕੁਆਇਰਮੈਂਟ ਸੈਟਿਸਫਾਈ ਕਰਨਾ ਸਾਡਾ ਕੰਮ ਹੈ ਉਹ ਅਸੀਂ ਪਹਿਲੀ ਵਾਰ ਸੈਟਿਸਫਾਈ ਕਰ ਦਿੰਦੇ ਹਾਂ ਜੀ ਸਾਡੇ ਕੋਲ ਆਫਿਸ ਟੀਮ ਹੈ ਜਿਹੜੀ ਪੂਰੀ ਰਿਕੁਆਇਰਮੈਂਟਸ ਅੰਡਰਸਟੈਂਡ ਕਰਦੀਆਂ ਅਤੇ ਉਹ ਫਿਰ ਸਬਮਿਟ ਕਰਦੀਆਂ ਫਰੈਂਚਾਈਜ਼ ਨੂੰ ਅਤੇ ਅਪਰੂਵ ਹੋ ਕੇ ਤਾਂ ਹੀ ਹੋਟਲ ਜਾਂ ਕੋਈ ਬਿਜ਼ਨਸ ਖੁੱਲ ਸਕਦਾ ਹੈ ਜੀ ਬਿਨਾਂ ਇੰਸ਼ੋਰੈਂਸ ਰਿਕੁਆਇਰਮੈਂਟ ਸੈਟਿਸਫਾਈ ਕਰਨ ਤੋਂ ਬਾਅਦ ਬਿਜ਼ਨਸ ਨਹੀਂ ਖੁੱਲ ਸਕਦਾ ਉਵੇਂ ਸਾਡੀ ਹਮੇਸ਼ਾ ਜਸ ਪੰਜਾਬੀ ਦੀ ਵੀ ਹਮੇਸ਼ਾ ਇਹੀ ਟੀਚਾ ਹੈਗਾ ਕਿ ਅਸੀਂ ਤੁਹਾਨੂੰ ਉਹਨਾਂ ਸ਼ਖਸੀਅਤਾਂ ਨਾਲ ਮੁਖਾਤਿਬ ਕਰਾਈਏ ਜੋ ਕਿ ਬਿਜ਼ਨਸ ਦੇ ਵਿੱਚ ਇੱਕ ਵੱਖਰਾ ਕੰਮ ਕਰ ਰਹੇ ਹਨ ਤੁਹਾਡੇ ਬਿਜ਼ਨਸ ਨੂੰ ਕਿਸ ਤਰੀਕੇ ਨਾਲ ਅੱਗੇ ਲਿਜਾਇਆ ਜਾ ਸਕਦਾ ਉਹਦੇ ਲਈ ਵੀ ਉਹ ਵਚਨਬੰਧ ਹਨ ਸੋਚ ਰਹੇ ਹਨ ਅਤੇ ਰਣਦੀਪ ਸਿੰਘ ਚਾਵਲਾ ਜੀ ਜਿਵੇਂ ਇੰਸ਼ੋਰੈਂਸ ਦਾ ਕੰਮ ਤਾਂ ਕਰਦੇ ਹਨ ਮਾਸਟਰ ਹਨ ਉਹਨਾਂ ਨੂੰ ਸਾਰੀ ਬਰੀਕੀ ਪਤਾ ਹੈ ਕਿ ਕਿਹੜੀ ਕਿਹੜੀ ਤੁਹਾਨੂੰ ਕਵਰੇਜ ਦੀ ਲੋੜ ਹੈਗੀ ਹੈ ਲੇਕਿਨ ਕਿਹੜੀ ਕਿਹੜੀ ਹੋਰ ਅਜਿਹੀਆਂ ਸਰਵਿਸਿਜ਼ ਰਣਦੀਪ ਭਾਅ ਜੀ ਦਿੰਦੇ ਹਨ ਜੇਕਰ ਤੁਸੀਂ ਆਪਣਾ ਨਵਾਂ ਬਿਜ਼ਨਸ ਸਟਾਰਟ ਕਰਨ ਦੀ ਸੋਚ ਰਹੇ ਹੋ ਜੀ ਸਾਨੂੰ ਰੋਜ਼ ਬਣਾਉਂਦੇ ਜੀ ਆਪਣੇ ਕਰੰਟ ਜਿਹੜੇ ਆਪਣੇ ਇਸ ਟਾਈਮ ਸਾਡੇ ਆਲਰੇਡੀ ਕਸਟਮਰ ਨੇ ਉਹਨੇ ਨਵਾਂ ਗੈਸ ਸਟੇਸ਼ਨ ਟੇਕ ਓਵਰ ਕਰਨਾ ਹੈ ਜਾਂ ਬਿਜ਼ਨਸ ਕੋਈ ਬਿਜ਼ਨਸ ਹੋਟਲ ਲਿਕਰ ਸਟੋਰ ਟੇਕ ਓਵਰ ਕਰਨਾ ਹੈ ਅਸੀਂ ਵਿਦਇਨ 24 ਆਵਰਸ ਉਹਨਾਂ ਦੀ ਪੂਰੀ ਡੀਲ ਟਰਨ ਔਨ ਕਰ ਸਕਦੇ ਹਾਂ ਸਾਡੇ ਨੈਟਵਰਕ 'ਚ ਕਾਫੀ CPAs ਨੇ ਅਟਰਨੀਜ਼ ਨੇ ਕਿਸੇ ਨੂੰ ਕੋਈ ਵੀ ਨਵੇਂ ਬਿਜ਼ਨਸ 'ਚ ਕੋਈ ਵੀ ਤਰੀਕੇ ਦੀ ਹੈਲਪ ਚਾਹੀਦੀ ਹੈ ਸਾਡੇ ਵੱਲੋਂ ਅਵੇਲੇਬਲ ਹੈ ਜੀ ਜਦ ਮਾਂ ਬੋਲੀ ਦੀ ਗੱਲ ਹੁੰਦੀ ਹੈ ਤਾਂ ਸਾਡੇ ਭਰਾ ਜਿਹੜੇ ਨੇ ਉਹ ਹਿਚਕਦੇ ਹਨ ਕਿ ਅਸੀਂ ਤਾਂ ਪੰਜਾਬੀ ਦੇ ਵਿੱਚ ਹੀ ਸਾਰਾ ਕੁਝ ਜਾਣਨਾ ਚਾਹੁੰਦੇ ਹਾਂ ਤਾਂ ਕਿ ਅਸੀਂ ਆਪਣੇ ਬਿਜ਼ਨਸ ਨੂੰ ਅੱਗੇ ਲੈ ਕੇ ਜਾ ਸਕੀਏ ਕਿਉਂਕਿ ਲੈਂਗੁਏਜ ਬੈਰੀਅਰ ਜਿਹੜਾ ਉਹ ਸਾਡੇ ਭਰਾਵਾਂ ਨੂੰ ਕਦੀ ਕਦਾਰ ਸਾਹਮਣੇ ਆ ਜਾਂਦਾ ਅਤੇ ਐਕਸੀਡ ਇੰਸ਼ੋਰੈਂਸ ਉਸ ਲੈਂਗੁਏਜ ਬੈਰੀਅਰ ਨੂੰ ਕਿਸ ਤਰੀਕੇ ਨਾਲ ਵੇਖਦੀ ਹੈ ਉਹ ਵੀ ਜਾਣ ਲੈਂਦੇ ਹਾਂ ਭਾਅ ਜੀ ਇਸ ਤਰ੍ਹਾਂ ਜੀ ਸਾਡੇ ਕੋਲ ਜਿਹੜਾ ਸਾਰਾ ਸਟਾਫ ਹੈ ਉਹ ਆਪਣਾ ਅਮੈਰੀਕਨ ਕਸਟਮਰ ਨੂੰ ਵੀ ਕੇਟਰ ਕਰ ਸਕਦਾ ਅਤੇ ਆਪਣੇ ਪੰਜਾਬੀ ਜਾਂ ਕੋਈ ਵੀ ਹੋਰ ਇੰਡੀਅਨ ਜਾਂ ਸਾਊਥ ਏਸ਼ੀਅਨ ਕਸਟਮਰ ਨੂੰ ਟੇਕ ਕੇਅਰ ਕਰ ਸਕਦਾ ਸਾਰੇ ਇੱਥੋਂ ਦੇ ਬੰਦੇ ਆ ਆਪਣੇ ਇੱਥੋਂ ਦੇ ਵੱਡੇ ਹੋਏ ਕਈ ਯੂਨੋ ਇੱਥੋਂ ਦੀ ਫਸਟ ਜਨਰੇਸ਼ਨ ਅਮੈਰੀਕਨ ਹੈ ਪੰਜਾਬੀ ਅਮੈਰੀਕਨ ਹੈ ਓਕੇ ਸੋ ਸਾਰਾ ਸਟਾਫ ਇਸ ਤਰ੍ਹਾਂ ਉਹ ਜੋ ਦੋਨੋਂ ਲਾਈਫ ਨੂੰ ਅੰਡਰਸਟੈਂਡ ਕਰਦਾ ਜਦ ਵੀ ਕਦੀ ਆਪਣੇ ਕੋਈ ਕਸਟਮਰ ਨੂੰ ਕੋਈ ਕਲੇਮ ਦੀ ਪ੍ਰੋਬਲਮ ਹੋਏ ਜਾਂ ਕੋਈ ਬਿਲਿੰਗ ਦੀ ਪ੍ਰੋਬਲਮ ਹੋਏ ਜਾਂ ਕਦੀ ਕੋਈ ਹੋਰ ਇੰਸ਼ੋਰੈਂਸ ਦੇ ਮਾਮਲੇ 'ਚ ਕੋਈ ਪ੍ਰੋਬਲਮ ਹੋਏ ਸਾਡਾ ਸਟਾਫ ਅਵੇਲੇਬਲ ਹੈ ਉਹਨਾਂ ਦੀ ਹੈਲਪ ਵਾਸਤੇ ਅਤੇ ਉਹਨਾਂ ਦੇ ਨਾਲ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰਨੀ ਸਾਡਾ ਫੋਨ ਸਿਸਟਮ ਹੈਗਾ ਅਸੀਂ ਕਾਨਫਰੰਸ ਕਾਲ ਕਰ ਸਕਦੇ ਹਾਂ ਯੂਨੋ ਉਹਨਾਂ ਨਾਲ ਕੋਈ ਯੂਨੋ ਕੋਈ ਵੀ ਈਮੇਲ ਕਰਨੀ ਹੈ ਜਾਂ ਕੁਛ ਵੀ ਕਰਨੀ ਹੈ ਛੋਟੀ ਜਿਹੀ ਛੋਟੀ ਗੱਲ ਵੱਡੇ ਤੋਂ ਵੱਡੀ ਗੱਲ ਤਾਂ ਉਹ ਸਾਡੇ ਕੋਲ ਅਵੇਲੇਬਲ ਹੈ ਸਾਡੇ ਕੋਲ ਟੂਲਸ ਹੈਗੇ ਆਪਣੀ ਆਫਿਸ 'ਚ ਓਕੇ ਦੋਨੋਂ ਆਫਿਸਿਸ ਵਿੱਚ ਜੀ ਅਤੇ ਭਾਅ ਜੀ ਤੁਸੀਂ ਟੂਲਸ ਦੀ ਗੱਲ ਕੀਤੀ ਕੋਈ ਅਜਿਹੀ ਕੇਸ ਸਟੱਡੀ ਤੁਹਾਡੇ ਜ਼ਿਹਨ ਦੇ ਵਿੱਚ ਆਉਂਦੀ ਹੋਏ ਜੋ ਕਿ ਤੁਹਾਡੀ ਪੂਰੀ ਕੰਪਨੀ ਨੇ ਨਾਲ ਰਲ ਕੇ ਬਹਿ ਕੇ ਸੋਚਿਆ ਔਰ ਉਸ ਕਲਾਇੰਟ ਨੂੰ ਤੁਸੀਂ ਬਾਹਰ ਕੱਢ ਕੇ ਲੈ ਕੇ ਆਏ ਔਰ ਉਹਨਾਂ ਨੂੰ ਫਾਇਦਾ ਪਹੁੰਚਿਆ ਨਹੀਂ ਕੇਸ ਸਟੱਡੀਜ਼ ਤਾਂ ਬਹੁਤ ਨੇ ਐਗਜ਼ਾਮਪਲ ਕਲੇਮ ਤਾਂ ਹੋਈ ਹੁੰਦੇ ਆ ਯੂਨੋ ਪ੍ਰੋਪਰਟੀ ਦੇ ਕਲੇਮ ਵੀ ਬਹੁਤ ਹੁੰਦੇ ਆ ਲਾਇਬਿਲਿਟੀ ਦੇ ਕਲੇਮ ਵੀ ਬਹੁਤ ਹੁੰਦੇ ਆ ਜਿਵੇਂ ਬਿਜ਼ਨਸ ਵਿੱਚ ਬੜੀ ਕਾਮਨ ਚੀਜ਼ ਹੈ ਸਲਿਪ ਐਂਡ ਫਾਲ ਕਿ ਇੱਕ ਸਟੋਰ 'ਚ ਬੰਦਾ ਆਇਆ ਤੁਹਾਡਾ ਸਟੋਰ ਠੀਕ ਮੋਪ ਕਰਕੇ ਤੁਹਾਡੀ ਸੁੱਕਾ ਨਹੀਂ ਸੀਗਾ ਤਾਂ ਥੱਲੇ ਡਿੱਗ ਜਾਂਦਾ ਬੰਦਾ ਸੋ ਉਹ ਐਜੂਕੇਟ ਕਰਨਾ ਵੀ ਇੱਕ ਸਾਡਾ ਕੰਮ ਹੈ ਕਸਟਮਰ ਨੂੰ ਕਿ ਜਦ ਤੁਸੀਂ ਆਪਾਂ ਸਟੋਰ ਕਲੀਨ ਕਰਨਾ ਹੈ ਉੱਥੇ ਯੈਲੋ ਸਾਈਨ ਲਾਉਣਾ ਕੋਸ਼ੀਅਸ ਦਾ ਸਾਈਨ ਦਾ ਇਹ ਬਾਹਰ ਸਨੋਅ ਡਿੱਗੀ ਹੋਈ ਹੈ ਸਨੋਅ ਸਾਫ਼ ਕਰਨੀ ਜ਼ਰੂਰੀ ਹੈ ਨਹੀਂ ਤਾਂ ਇੰਸ਼ੋਰੈਂਸ ਕਲੇਮ ਹੋ ਸਕਦੇ ਆ ਉਹ ਤੁਹਾਡੇ ਅਗੇਂਸਟ ਕਾਊਂਟ ਕਰਦੇ ਆ ਬਿਕੋਜ਼ ਤੁਹਾਡਾ ਬਿਜ਼ਨਸ ਹੈ ਤੁਹਾਡੀ ਰਿਸਪੋਂਸੀਬਿਲਿਟੀ ਹੈ ਉਹ ਸਾਡੇ ਕੋਲ ਜੀ ਅਸੀਂ ਈਮੇਲ ਬਲਾਸਟ ਕਰਦੇ ਹਾਂ ਕਸਟਮਰ ਨੂੰ ਐਜੂਕੇਟ ਕਰਨ ਵਾਸਤੇ ਇੱਕ ਉਹ ਈਮੇਲ ਕੈਂਪੇਨ ਚੱਲਦੀ ਰਹਿੰਦੀ ਹੈ ਸਾਡੇ ਔਨਗੋਇੰਗ ਪ੍ਰੋਸੈਸ ਸਾਡੀ ਕੰਪਨੀ ਦਾ ਲੋਕਾਂ ਨੂੰ ਐਜੂਕੇਟ ਕਰਨ ਬਾਰੇ ਕਿ ਵੀ ਕੀ ਤੁਹਾਨੂੰ ਆਪਣੇ ਬਿਜ਼ਨਸ ਨੂੰ ਸਿਕਿਓਰ ਕਰਨ ਵਾਸਤੇ ਲਾਇਬਿਲਿਟੀ ਕਲੇਮਸ ਤੋਂ ਕੀ ਕਰਨਾ ਚਾਹੀਦਾ ਸੋ ਦੈਟਸ ਅ ਪਾਰਟ ਆਫ ਦ ਹੋਲ ਡੀਲ
ਤੇ ਮੈਂ ਆਪਣੇ ਦਰਸ਼ਕਾਂ ਨੂੰ ਇੱਥੇ ਜ਼ਰੂਰ ਦੱਸਣਾ ਚਾਹੁੰਦਾ ਰਣਦੀਪ ਸਿੰਘ ਚਾਵਲਾ ਜੀ ਬਾਰੇ ਕਿ ਸਿਰਫ ਉਹ 2 ਜਾਂ 4 ਜਾਂ 5 ਸਟੇਟਾਂ ਤੱਕ ਹੀ ਸੀਮਿਤ ਨਹੀਂ ਹੈਗੇ, ਉਹ 50 ਸਟੇਟਸ ਨੂੰ ਕਵਰ ਕਰਦੇ ਹਨ। ਜੇਕਰ ਤੁਹਾਡਾ ਬਿਜ਼ਨਸ ਕਿਸੇ ਵੀ ਸਟੇਟ ਦੇ ਵਿੱਚ ਆ ਔਰ ਜੇਕਰ ਤੁਸੀਂ ਆਪਣੇ ਨਵੇਂ ਵਪਾਰ ਨੂੰ ਅੱਗੇ ਲਿਜਾਉਣਾ ਚਾਹੁੰਦੇ ਹੋ ਤਾਂ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਰਣਦੀਪ ਭਾਅ ਜੀ ਦੇ ਨਾਲ। ਜਿਹੜਾ ਟੀ ਵੀ ਸਕਰੀਨ ਦੇ ਉੱਤੇ ਇਸ ਟਾਈਮ ਨੰਬਰ ਚੱਲ ਰਿਹਾ, ਉਸ ਨੰਬਰ ਦੇ ਉੱਤੇ ਤੁਸੀਂ ਕਾਲ ਕਰੋ। ਇਹਨਾਂ ਦੀ ਡਾਇਰੈਕਟ ਲਾਈਨ ਹੈ, ਜੇਕਰ ਉਹ ਫੋਨ ਨਹੀਂ ਚੱਕ ਪਾਉਂਦੇ ਤਾਂ ਤੁਸੀਂ ਆਪਣਾ ਮੈਸੇਜ ਡਰੋਪ ਕਰ ਦਿਓ ਤਾਂ ਤੁਹਾਨੂੰ ਉਹ ਕਾਲ ਬੈਕ ਕੀਤੀ ਜਾਵੇਗੀ। ਤੁਸੀਂ ਇਹਨਾਂ ਦੀ ਵੈਬਸਾਈਟ ਵੀ ਦੇ ਉੱਤੇ ਜਾ ਕੇ ਵੀ ਵਿਜ਼ਿਟ ਕਰ ਸਕਦੇ ਹੋ। ਜੇਕਰ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਹਾਡੇ ਬਿਜ਼ਨਸ ਬਾਰੇ ਉਹ ਤੁਸੀਂ ਇਸ ਹੇਠ ਲਿਖੀ ਵੈਬਸਾਈਟ ਦੇ ਉੱਤੇ ਜਾ ਕੇ ਲੈ ਸਕਦੇ ਹੋ। ਭਾਅ ਜੀ ਜੇਕਰ ਮੈਂ ਹੁਣ ਗੱਲ ਕਰਾਂ ਤੁਹਾਡੇ 50 ਸਟੇਟਸ ਦੇ ਵਿੱਚ ਬਿਜ਼ਨਸ ਦੀ, ਤਾਂ ਵੱਖ ਵੱਖ ਗੈਸ ਸਟੇਸ਼ਨਸ, ਵੱਖ ਵੱਖ ਲੀਕਰ ਸਟੋਰਸ, ਵੱਖ ਵੱਖ ਤੁਸੀਂ ਹੋਟੈਲਸ, ਵੱਖ ਵੱਖ ਸ਼ੋਪਿੰਗ ਸੈਂਟਰਸ ਦੇ ਵਿੱਚ ਤੁਸੀਂ ਆਪਣੀ ਸਰਵਿਸਿਜ਼ ਦਿੱਤੀ ਹੈ, ਔਰ ਮੈਂ ਇਹ ਵੀ ਵੇਖਿਆ ਕਿ ਤੁਹਾਨੂੰ ਲੀਡਿੰਗ ਜਿਹੜਾ ਟੋਪ ਕਮਰਸ਼ੀਅਲ ਇੰਸ਼ੋਰੈਂਸ ਜਿਹੜਾ ਏਜੰਟ ਹੈ ਉਹਦੇ ਨਾਲ ਵੀ ਕਈ ਵਾਰ ਨਵਾਜਿਆ ਗਿਆ, ਕਈ ਸਨਮਾਨ ਤੁਹਾਨੂੰ ਮਿਲੇ ਹਨ, ਅਤੇ ਕਿਵੇਂ ਫੀਲ ਕਰਦੇ ਹੋ? ਜੀ ਆਪਣੀ ਕਮਿਊਨਿਟੀ ਸਪੋਰਟ ਨਾਲ ਜੋ ਹੈ ਜੀ ਸਾਰਾ ਬਹੁਤ ਟਾਈਮ ਲੱਗਿਆ ਜੀ ਇੱਥੇ ਪਹੁੰਚਣ ਵਾਸਤੇ, ਅਤੇ ਬਹੁਤ ਡਿਟੇਲ ਕੰਮ ਸਮਝਣਾ ਪਿਆ, ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਅੱਜ ਠੀਕ ਹੈ, ਅੱਜ ਰੈਕਗਨਾਈਜ਼ ਹੁੰਦੇ ਹਾਂ। ਸੋ ਵੀ ਫੀਲ ਗੁੱਡ, ਇਟਸ ਵੈਰੀ ਮੋਟੀਵੇਸ਼ਨਲ ਵੈਨ ਯੂ ਰੈਕਗਨਾਈਜ਼ਡ। ਸੋ ਇੰਸ਼ੋਰੈਂਸ ਕੰਪਨੀ ਨੂੰ ਰੈਕਗਨਾਈਜ਼ ਕੀਤਾ ਹੈ ਕਿ ਅਸੀਂ ਆਪਣੇ ਇੰਸ਼ੋਰੈਂਸ ਇੰਡਸਟਰੀ ਵਿੱਚ ਕਾਫੀ ਇਸ ਸੈਕਟਰ ਵਿੱਚ ਲੀਡਰਸ ਹਾਂ, ਇਨ ਦਾ ਸੈਕਟਰਸ ਆਫ ਇੰਸ਼ੋਰਿੰਗ ਗੈਸ ਸਟੇਸ਼ਨਸ, ਹੋਟੈਲਸ, ਲਿਕਰ ਸਟੋਰਸ, ਗਰੋਸਰੀ ਸਟੋਰਸ, ਰੈਸਟੋਰੈਂਟਸ ਐਕਸੈਕਟਰਾ। ਸੋ ਜਿਵੇਂ ਸਾਨੂੰ ਦੱਸਿਆ ਰਣਦੀਪ ਸਿੰਘ ਜੀ ਹੋਰਾਂ ਨੇ ਕਿ ਉਹਨਾਂ ਨੂੰ ਅੱਜ ਮਾਣ ਮਹਿਸੂਸ ਹੁੰਦਾ, ਬਹੁਤ ਮਿਹਨਤ ਕਰਕੇ ਅੱਜ ਉਹ ਇੱਥੇ ਪਹੁੰਚੇ ਹਨ ਔਰ ਇੰਸ਼ੋਰੈਂਸ ਬਿਜ਼ਨਸ ਨੂੰ ਉਹ ਅੱਗੇ ਲੈ ਕੇ ਗਏ ਹਨ। ਲੇਕਿਨ ਕਿਉਂ ਇੰਸ਼ੋਰੈਂਸ ਬਿਜ਼ਨਸ ਔਰ ਕਿਉਂ ਸਾਡੇ ਲਈ ਇੰਸ਼ੋਰੈਂਸ ਜ਼ਰੂਰੀ ਹੈਗੀ ਹੈ? ਇਹ ਵੀ ਵੱਡੇ ਸਵਾਲ ਬਣਦੇ ਹਨ, ਜਾਣਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਇਸ ਬ੍ਰੇਕ ਤੋਂ ਉਸ ਪਾਰ। ਜਦੋਂ ਆਪਣੇ ਗੱਡੀ ਦੀ ਇੰਸ਼ੋਰੈਂਸ ਬਾਏ ਕੀਤੀ ਅਤੇ ਉਹ ਮੈਨੂੰ ਉੱਥੋਂ ਸੈਟਿਸਫੈਕਸ਼ਨ ਨਹੀਂ ਮਿਲੀ, ਮੈਂ ਕਈ ਚੀਜ਼ਾਂ ਨਾਲ ਉੱਥੇ ਸੈਟਿਸਫਾਈਡ ਨਹੀਂ ਸੀ, ਜਿਵੇਂ ਉਹ ਫੋਨ ਨਹੀਂ ਚੱਕਦੇ ਸੀ ਜਾਂ ਜਦ ਮੈਨੂੰ ਲੋੜ ਸੀ ਉਹਨਾਂ ਦੀ ਮੇਰੇ ਵਾਸਤੇ ਅਵੇਲੇਬਲ ਨਹੀਂ ਸੀ। ਮੈਨੂੰ ਉਸ ਤੋਂ ਇੱਕ ਸਿੱਖਿਆ ਮਿਲੀ ਕਿ ਆਹ ਚੀਜ਼ ਬੈਟਰ ਹੋਣੀ ਚਾਹੀਦੀ ਹੈ। ਸੋ ਕੀ ਐਡਵਾਈਸ ਜੇਕਰ ਤੁਸੀਂ ਦੇਣਾ ਚਾਹੋ ਹੁਣੇ ਹਾਲ ਫਿਲਹਾਲ ਦੇ ਵਿੱਚ ਉਹਨਾਂ ਨੂੰ? ਅਤੇ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬਿਜ਼ਨਸ ਆਫ ਦਾ ਵੀਕ ਦੇ ਵਿੱਚ। ਅਸੀਂ ਅੱਜ ਰਾਬਤਾ ਕਾਇਮ ਕੀਤਾ ਹੋਇਆ ਰਣਦੀਪ ਸਿੰਘ ਚਾਵਲਾ ਹੋਰਾਂ ਦੇ ਨਾਲ, ਜੋ ਕਿ ਐਕਸੀਡ ਇੰਸ਼ੋਰੈਂਸ ਉਹਨਾਂ ਦੀ ਕੰਪਨੀ ਪਿਛਲੇ ਲੰਬੇ ਸਮੇਂ ਤੋਂ ਕਮਿਊਨਿਟੀ ਦੀ ਸੇਵਾ ਦੇ ਲਈ ਕੰਮ ਕਰ ਰਹੀ ਹੈ ਔਰ ਵੱਧ ਚੜ ਕੇ ਉਹਨਾਂ ਨੇ ਇਹ ਕੰਮ ਕੀਤਾ ਔਰ ਇਸ ਅੱਜ ਇਸ ਮੁਕਾਮ 'ਤੇ ਪਹੁੰਚੇ ਹਨ ਕਿ ਜਸ ਬ੍ਰੌਡਕਾਸਟਿੰਗ ਦੀ ਟੀਮ ਉਹਨਾਂ ਦੇ ਨਾਲ ਕਰ ਰਹੀ ਹੈ ਬਿਜ਼ਨਸ ਆਫ ਦਾ ਵੀਕ। ਇਸ ਪ੍ਰੋਗਰਾਮ ਦਾ ਇਹੀ ਟੀਚਾ ਹੈ ਕਿ ਅਸੀਂ ਉਹਨਾਂ ਐਂਟਰਪ੍ਰੀਨੋਰਸ ਨਾਲ ਤੁਹਾਨੂੰ ਮੁਖਾਤਿਬ ਕਰਾਉਂਦੇ ਹਾਂ ਜੋ ਕਿ ਕਮਿਊਨਿਟੀ ਦੇ ਲਈ ਔਰ ਆਪਣੇ ਬਿਜ਼ਨਸ ਨੂੰ ਅੱਗੇ ਲਿਜਾਉਣ ਦੇ ਲਈ ਕੰਮ ਕਰ ਰਹੇ ਹਨ। ਅਸੀਂ ਹਮੇਸ਼ਾ ਕਹਾਵਤ ਕਹਿੰਦੇ ਹਾਂ ਕਿ ਹੋਵਾਂਗੇ ਆਰ ਪਾਰ ਲੇਕਿਨ ਨਹੀਂ ਛੱਡਾਂਗੇ ਵਪਾਰ। ਇਹ ਇੱਕ ਅਜਿਹੀ ਸ਼ਖਸੀਅਤ ਅੱਜ ਮੇਰੇ ਨਾਲ ਬੈਠੀ ਹੈ ਜਿਹਨੇ ਵਪਾਰ ਨਹੀਂ ਛੱਡਿਆ, ਇਸ ਧਰਤੀ ਦੇ ਉੱਤੇ 20 ਸਾਲ ਪਹਿਲਾਂ ਆਏ ਔਰ ਇੰਸ਼ੋਰੈਂਸ ਜਿਹੜਾ ਇੱਕ ਦਾਇਰਾ ਹੈਗਾ ਉਹਨਾਂ ਨੂੰ ਚੁਣਿਆ। ਲੇਕਿਨ ਮੈਂ ਹੁਣ ਜ਼ਰੂਰ ਜਾਣਨਾ ਚਾਹੁੰਦਾ ਕਿ ਇੰਸ਼ੋਰੈਂਸ ਦਾ ਅੱਗੇ ਕੀ ਫਿਊਚਰ ਹੈ ਔਰ ਉਹਨਾਂ ਨੇ ਇਹ ਬਿਜ਼ਨਸ ਕਿਉਂ ਓਪਟ ਕੀਤਾ? ਜੀ ਹਰਗਿਰਦ ਜੀ, ਇਸ ਤਰ੍ਹਾਂ ਜਦ ਮੈਂ ਇੰਸ਼ੋਰੈਂਸ ਲੱਭ ਰਿਹਾ ਸੀ ਆਪਣੇ ਵਾਸਤੇ ਜਦ ਮੈਂ ਇਸ ਬਿਜ਼ਨਸ ਵਿੱਚ ਨਹੀਂ ਸੀ, ਅਤੇ ਜਿਹਨਾਂ ਤੋਂ ਮੈਂ ਇੰਸ਼ੋਰੈਂਸ ਬਾਏ ਕੀਤੀ, ਆਪਣੀ ਗੱਡੀ ਦੀ ਇੰਸ਼ੋਰੈਂਸ ਬਾਏ ਕੀਤੀ, ਉਸ ਟਾਈਮ ਮੈਂ ਜੋਬ ਕਰਦਾ ਸੀ। ਜਦ ਆਪਣੀ ਗੱਡੀ ਦੀ ਇੰਸ਼ੋਰੈਂਸ ਬਾਏ ਕੀਤੀ ਅਤੇ ਉਹ ਮੈਨੂੰ ਉੱਥੋਂ ਸੈਟਿਸਫੈਕਸ਼ਨ ਨਹੀਂ ਮਿਲੀ, ਮੈਂ ਕਈ ਚੀਜ਼ਾਂ ਨਾਲ ਉੱਥੇ ਸੈਟਿਸਫਾਈਡ ਨਹੀਂ ਸੀ, ਜਿਵੇਂ ਉਹ ਫੋਨ ਨਹੀਂ ਚੱਕਦੇ ਸੀ ਜਾਂ ਜਦ ਮੈਨੂੰ ਲੋੜ ਸੀ ਉਹਨਾਂ ਦੀ ਮੇਰੇ ਵਾਸਤੇ ਅਵੇਲੇਬਲ ਨਹੀਂ ਸੀ। ਮੈਨੂੰ ਉਸ ਤੋਂ ਇੱਕ ਸਿੱਖਿਆ ਮਿਲੀ ਕਿ ਆਹ ਚੀਜ਼ ਬੈਟਰ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਇੰਸ਼ੋਰੈਂਸ ਇੱਕ ਇਹੋ ਜਿਹੀ ਚੀਜ਼ ਹੈ, ਹਰ ਰੋਜ਼ ਤੁਹਾਨੂੰ ਆਪਣੇ ਏਜੰਟ ਦੀ ਲੋੜ ਹੈ, ਕੁਛ ਨਾ ਕੁਛ ਤੁਹਾਡੀ ਲਾਈਫ 'ਚ ਹੁੰਦਾ ਰਹਿੰਦਾ ਹੈ ਇੰਸ਼ੋਰੈਂਸ ਦੇ ਰਿਲੇਟਿਡ। ਉਹ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਏਜੰਟ ਤੁਹਾਡੇ ਵਾਸਤੇ ਅਵੇਲੇਬਲ ਹੋਏ ਹਮੇਸ਼ਾ। ਸੋ ਉਹ ਸੋਚਦਿਆਂ ਹੋਇਆ ਮੈਂ ਥੋੜ੍ਹਾ ਰਿਸਰਚ ਕੀਤੀ, ਮੈਂ ਥੋੜ੍ਹਾ ਇੰਸ਼ੋਰੈਂਸ ਬਿਜ਼ਨਸ ਨੂੰ ਡਾਇਸੈਕਟ ਕੀਤਾ, ਸਮਝਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਫਿਰ ਜਰਨੀ ਸ਼ੁਰੂ ਹੋਈ ਅਤੇ ਅੱਜ ਸਾਡੇ ਕੋਲ ਜਿਹੜੀ ਸਾਡਾ ਸਰਵਿਸ ਦੇਣਾ ਇੱਕ ਸਾਡੀ ਇੱਕ ਸਾਡੀ ਫਾਊਂਡੇਸ਼ਨ ਹੈ ਬਿਜ਼ਨਸ ਦੀ, ਚੰਗੀ ਸਰਵਿਸ ਦੇਣਾ ਸਾਡੇ ਬਿਜ਼ਨਸ ਦੀ ਫਾਊਂਡੇਸ਼ਨ ਹੈ। ਸਾਡਾ ਜਿਹੜਾ ਸਾਰਾ ਸਟਾਫ ਹੈ ਉਹ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ, ਉਹ ਮੈਸੇਜ ਬਹੁਤ ਕਲੀਅਰ ਹੈ ਸਭ ਨੂੰ ਕਿ ਸਰਵਿਸ ਪਹਿਲਾਂ ਹੈ। ਜਿਹੜਾ ਸੇਲ ਹੈ ਜਾਂ ਕਸਟਮਰ ਨਵਾਂ ਬਣਨਾ ਹੈ ਉਹ ਇੱਕ ਸਰਵਿਸ ਦਾ ਬਾਏ ਪ੍ਰੋਡਕਟ ਹੈ, ਪਹਿਲੀ ਗੱਲ ਚੰਗੀ ਸਰਵਿਸ ਦੇਣੀ ਹੁੰਦੀ, ਉਹ ਅਸੀਂ ਵੀ ਸਮਝਦੇ ਹਾਂ ਅਤੇ ਸਾਡੇ ਕਸਟਮਰ ਦੀ ਹੁਣ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ। ਅਤੇ ਸਰਵਿਸ ਲਾਈਕ ਆਈ ਸੈਡ
ਯੂ ਨੋ ਵੀ ਆਰ ਨੋਨ ਫੋਰ ਗੁੱਡ ਸਰਵਿਸ ਸਾਡੇ ਸਾਡਾ ਜਿਹੜਾ ਕਲਾਇੰਟ ਬੇਸ ਹੈ ਅਤੇ ਉਹਨਾਂ ਕਰਕੇ ਹੀ ਸਾਡਾ ਕੰਮ ਵਧਿਆ ਹੈ ਅਤੇ ਅਸੀਂ ਪਹਿਲਾਂ ਤਾਂ ਆਪਣੇ ਕਲਾਇੰਟ ਦੇ ਸ਼ੁਕਰਗੁਜ਼ਾਰ ਹਾਂ ਅਤੇ ਸਾਨੂੰ ਉਹਨਾਂ ਨੇ ਸਿਖਾਇਆ ਕਿ ਕਿਵੇਂ ਕੰਮ ਕਰਨਾ ਜਿਵੇਂ ਕਿ ਮੈਂ ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇਕਰ ਤੁਸੀਂ ਨਵਾਂ ਵਪਾਰ ਜਾਂ ਬਿਜ਼ਨਸ ਸੋਚ ਰਹੇ ਹੋ ਜਾਂ ਫਿਰ ਤੁਸੀਂ ਕਿਸੇ ਵੀ ਬਿਜ਼ਨਸ ਦੇ ਵਿੱਚ ਹੋ ਆਲਰੇਡੀ ਤੁਸੀਂ ਕਰ ਰਹੇ ਹੋ ਔਰ ਇੰਸ਼ੋਰੈਂਸ ਨੂੰ ਲੈ ਕੇ ਤੁਸੀਂ ਗਾਈਡੈਂਸ ਨਹੀਂ ਪਾਉਂਦੇ ਜਾਂ ਫਿਰ ਤੁਹਾਨੂੰ ਗਾਈਡੈਂਸ ਪ੍ਰੋਪਰ ਤਰੀਕੇ ਨਾਲ ਨਹੀਂ ਮਿਲਦੀ ਕਈ ਅਜਿਹੀ ਇੰਸ਼ੋਰੈਂਸ ਕੰਪਨੀ ਹੈ ਜੋ ਕਿ ਅਸੀਂ ਨਾਮ ਨਹੀਂ ਲੈਣਾ ਚਾਹਵਾਂਗੇ ਲੇਕਿਨ ਉਹਨਾਂ ਦਾ ਕਈ ਵਾਰ ਅਸੀਂ ਪ੍ਰਿੰਟ ਮੀਡੀਆ ਦੇ ਉੱਤੇ ਔਰ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਫਰਜ਼ੀਵਾੜਾ ਅਸੀਂ ਉਹਨਾਂ ਦਾ ਵੇਖਿਆ ਲੇਕਿਨ ਉਹ ਪ੍ਰੋਪਰ ਗਾਈਡੈਂਸ ਆਪਣੇ ਕਸਟਮਰਸ ਨੂੰ ਨਹੀਂ ਕਰ ਪਾਉਂਦੇ ਔਰ ਨਹੀਂ ਉਹ ਸੇਵਾਵਾਂ ਜਿਹੜੀਆਂ ਹਨ ਦੇ ਪਾਉਂਦੇ ਤਾਂ ਐਕਸੀਡ ਇੰਸ਼ੋਰੈਂਸ ਕੰਪਨੀ ਹੁਣ ਹੋਣ ਦੇ ਵਿੱਚ ਹੈ ਪਿਛਲੇ ਲੰਬੇ ਸਮੇਂ ਤੋਂ ਜੋ ਕਿ ਤੁਹਾਨੂੰ ਇਹ ਸੇਵਾਵਾਂ ਦੇ ਰਹੀ ਹੈ ਅਤੇ ਇਸ ਟੀ ਵੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਉਹਨਾਂ ਨੂੰ ਰਣਦੀਪ ਸਿੰਘ ਚਾਵਲਾ ਹੋਰਾਂ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਔਰ ਜੇਕਰ ਤੁਹਾਨੂੰ ਕੋਈ ਵੀ ਸੁਜੈਸ਼ਨ ਚਾਹੀਦੀ ਹੈ ਜਾਂ ਫਿਰ ਤੁਹਾਨੂੰ ਕੋਈ ਵੀ ਗੱਲ ਪੁੱਛਣੀ ਹੈ ਤਾਂ ਤੁਸੀਂ ਡਾਇਰੈਕਟ ਨੰਬਰ ਕਾਲ ਕਰਕੇ ਇਸ ਨੰਬਰ ਦੇ ਉੱਤੇ ਪੁੱਛ ਸਕਦੇ ਹੋ ਭਾਅ ਜੀ ਮੈਂ ਜ਼ਰੂਰ ਇਹ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਅਜਿਹੀਆਂ ਕਈ ਹੋਰ ਇੰਸ਼ੋਰੈਂਸ ਕੰਪਨੀਆਂ ਹੈ ਜਿਨ੍ਹਾਂ ਦੇ ਉੱਤੇ ਸਾਡੇ ਜਿਹੜੇ ਵਿਊਅਰਸ ਹਨ ਉਹ ਜਾਂਦੇ ਹਨ ਉੱਥੇ ਕਈ ਵਾਰ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਲੇਕਿਨ ਉਹ ਐਕਸੀਡ ਇੰਸ਼ੋਰੈਂਸ ਨੂੰ ਕਿਉਂ ਚੁਣਨ ਸੀ ਪਹਿਲੀ ਗੱਲ ਤਾਂ ਨੌਰਥ ਅਮੈਰੀਕਾ ਵਿੱਚ ਇੰਸ਼ੋਰੈਂਸ ਕੰਪਨੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੰਸ਼ੋਰੈਂਸ ਕੰਪਨੀ ਇੰਸ਼ੋਰੈਂਸ ਕੈਰੀਅਰ ਕਦੇ ਵੀ ਸਿੱਧਾ ਕਸਟਮਰ ਨਾਲ ਇੰਟਰੈਕਸ਼ਨ ਨਹੀਂ ਕਰਦੇ ਉਹਨਾਂ ਦੇ ਅੱਗੇ ਏਜੰਟਸ ਜਾਂ ਬ੍ਰੋਕਰਸ ਬਣਾਏ ਹੋਏ ਆ ਜਿਹੜਾ ਵਿੱਚ ਮਿਡਲ ਮੈਨ ਹੁੰਦੇ ਸੋ ਅਸੀਂ ਮਿਡਲ ਮੈਨ ਆ ਆਪਣੀ ਕਮਿਊਨਿਟੀ ਅਤੇ ਇੰਸ਼ੋਰੈਂਸ ਕੰਪਨੀ ਵਿੱਚ ਸੋ ਸਾਡਾ ਫਰਜ਼ ਬਣਦਾ ਹੈ ਪਹਿਲਾਂ ਅੰਡਰਸਟੈਂਡ ਕਰਨਾ ਕਿ ਜਿਹੜਾ ਸਾਡਾ ਕਸਟਮਰ ਹੈ ਬਿਜ਼ਨਸ ਓਨਰ ਹੈ ਜਾਂ ਬੰਦੇ ਨੇ ਕਰਦੀ ਹੈ ਗੱਡੀ ਦੀ ਇੰਸ਼ੋਰੈਂਸ ਕਰਵਾਉਣੀ ਹੈ ਜਾਂ ਟਰੱਕ ਦੀ ਇੰਸ਼ੋਰੈਂਸ ਕਰਵਾਉਣੀ ਹੈ ਉਹ ਕੀ ਚਾਹੁੰਦਾ ਉਹਦੀ ਕੀ ਨੀਡਸ ਨੇ ਪਰ ਜਦ ਤੱਕ ਅਸੀਂ ਸਮਝਾਂਗੇ ਨਹੀਂ ਕਿ ਉਹ ਬਿਜ਼ਨਸ ਦੀ ਕੀ ਨੀਡ ਹੈ ਅਸੀਂ ਉਹਨੂੰ ਉਹ ਸਰਵਿਸ ਜਾਂ ਉਹ ਪ੍ਰੋਡਕਟ ਪ੍ਰੋਵਾਈਡ ਨਹੀਂ ਕਰ ਸਕਾਂਗੇ ਸੋ ਉਹ ਸਾਨੂੰ ਹੁਣ ਸਮਝ ਆਇਆ ਕਈ ਸਾਲਾਂ ਵਿੱਚ ਕਈ ਸਾਲਾਂ ਕੰਮ ਕਰਨ ਤੋਂ ਬਾਅਦ ਅਸੀਂ ਲਾਈਕ ਆਈ ਸੈਡ ਬਿਫੋਰ ਇੰਸ਼ੋਰੈਂਸ ਕੰਪਨੀ ਨੇ ਸਾਡੇ ਨਾਲ ਪਾਰਟਨਰ ਅਪ ਕਰਕੇ ਕਈ ਪ੍ਰੋਡਕਟ ਡਿਜ਼ਾਈਨ ਕੀਤੇ ਆ ਹੁਣ ਓਕੇ ਜਿਹੜੇ ਜਿਵੇਂ ਕਿ ਗੈਸ ਸਟੇਸ਼ਨ ਵਾਸਤੇ ਪ੍ਰੋਡਕਟਸ ਨੇ ਜਾਂ ਯੂ ਨੋ ਗੈਸ ਸਟੇਸ਼ਨ ਦੀ ਪੈਕੇਜ ਪੋਲਿਸੀ ਜਿਹੜੀ ਪ੍ਰੋਪਰਟੀ ਲਾਇਬਿਲਿਟੀ ਤੁਸੀਂ ਇਨਵੈਂਟੋਰੀ ਹੈ ਲਿਕਰ ਸਟੋਰ ਦੀ ਲਿਕਰ ਲਾਇਬਿਲਿਟੀ ਹੈ ਉਹ ਸਾਰਾ ਕੁਝ ਇੱਕੋ ਹੀ ਪੋਲਿਸੀ ਵਿੱਚ ਬਲੈਂਡ ਹੋ ਕੇ ਆਉਂਦਾ ਕਈ ਸਾਰੇ ਦਰਸ਼ਕਾਂ ਦੀ ਇਹ ਵੀ ਸਾਡੇ ਨਾਲ ਗੱਲ ਹੁੰਦੀ ਉਹ ਕਹਿੰਦੇ ਕਿ ਏਜੰਟਸ ਜਿਹੜੇ ਨੇ ਜਿਵੇਂ ਕਿ ਤੁਸੀਂ ਬ੍ਰੋਕਰੇਜ ਦੇ ਵਿੱਚ ਹੋ ਤਾਂ ਉਹ ਪੈਸੇ ਤਾਂ ਲੈ ਲੈਂਦੇ ਹਨ ਲੇਕਿਨ ਸਰਵਿਸ ਨਹੀਂ ਦੇ ਪਾਉਂਦੇ ਤਾਂ ਜੇਕਰ ਅਸੀਂ ਐਕਸੀਡ ਇੰਸ਼ੋਰੈਂਸ ਦੀ ਗੱਲ ਕਰੀਏ ਤੁਸੀਂ ਕਿਹਾ ਕਿ ਅਸੀਂ ਸਰਵਿਸਿਜ਼ ਨੂੰ ਆਪਣਾ ਸਭ ਤੋਂ ਪਹਿਲਾ ਪ੍ਰਾਇਮਰੀ ਬਿਜ਼ਨਸ ਹੈ ਸੇਲ ਸਾਡਾ ਬਾਈ ਪ੍ਰੋਡਕਟ ਹੈਗਾ ਅਤੇ ਐਕਸੀਡ ਇੰਸ਼ੋਰੈਂਸ ਜੇਕਰ ਤੁਹਾਡੀ ਕੰਪਨੀ ਦੀ ਗੱਲ ਕਰੀਏ ਤਾਂ ਉਹ ਕਿੱਥੋਂ ਸ਼ੁਰੂਆਤ ਕਰਦੀ ਹੈ ਔਰ ਕਿੱਥੇ ਤੱਕ ਉਹ ਕਲੇਮਸ ਤੱਕ ਸਾਥ ਦਿੰਦੀ ਹੈ ਉਹ ਵੀ ਜ਼ਰੂਰ ਦੱਸੋ ਨਹੀਂ ਸਾਡੇ ਤੱਕ ਸਾਡੀ ਸਰਵਿਸ ਆਪਣੀ ਮੂੰਹ ਕੀ ਅਸੀਂ ਯਾਦ ਕਰ ਸਕਦੇ ਬਟ ਸਾਡੇ ਜਿਹੜੇ ਕਸਟਮਰ ਨੇ ਤੁਸੀਂ ਉਹਨਾਂ ਨੂੰ ਪੁੱਛੋ ਸਾਡੀ ਵੈਬਸਾਈਟ ਜਾ ਕੇ ਚੈੱਕ ਕਰੋ ਸਾਡੇ ਰਿਵਿਊਜ਼ ਚੈੱਕ ਕਰੋ ਸਾਡੇ ਅਸੀਂ ਜਿਸ ਕਸਟਮਰ ਦੇ ਪਹਿਲਾਂ ਫੋਨ ਸਾਨੂੰ ਜਦ ਆਉਣਾ ਹੈ ਅਤੇ ਪਲੱਸ ਪੂਰੀ ਉਹਦੀ ਜਿਹੜੀ ਜਰਨੀ ਹੈ ਅਸੀਂ ਉਹਨਾਂ ਵਾਸਤੇ ਪੂਰੀ ਤਰ੍ਹਾਂ ਅਵੇਲੇਬਲ ਹੁੰਦੇ ਹਾਂ ਜਿਹੜਾ ਵੀ ਉਹਨਾਂ ਨੇ ਪੂਰਾ ਪ੍ਰੋਸੈਸ ਸੈਟਅਪ ਕਰਨਾ ਉਹਨਾਂ ਦਾ ਇੰਸ਼ੋਰੈਂਸ ਅਕਾਊਂਟ ਯੂ ਨੋ ਪੂਰਾ ਵੀ ਆਰ ਦੇਅਰ ਫੋਰ ਦੈਮ ਬੇਸਿਕ ਤੋਂ ਬੇਸਿਕ ਕੁਐਸਚਨ ਡਿਟੇਲ ਟੂ ਡਿਟੇਲ ਕੁਐਸਚਨ ਅਸੀਂ ਸਿੰਪਲ ਲੈਂਗੁਏਜ 'ਚ ਆਨਸਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੈਵਿੰਗ ਸੈਡ ਦੈਟ ਗਲਤੀਆਂ ਸਾਡੇ ਤੋਂ ਵੀ ਹੋਣਗੀਆਂ ਗਲਤੀਆਂ ਹੋਣਗੀਆਂ ਵੀ ਆ ਬਟ ਇਗਨੋਰ ਅਸੀਂ ਕਸਟਮਰ ਦੀ ਕੋਈ ਗੱਲ ਕਦੇ ਇਗਨੋਰ ਨਹੀਂ ਕਰਦੇ ਉਹਨਾਂ ਦੇ ਫੋਨ ਕਾਲਸ ਉਹਨਾਂ ਦੇ ਈਮੇਲਸ ਉਹਨਾਂ ਦੇ ਟੈਕਸਟ ਕਦੇ ਇਗਨੋਰ ਨਹੀਂ ਕਰਦੇ ਅਤੇ ਜਿਵੇਂ ਕਮਿਊਨੀਕੇਸ਼ਨ ਬਿਜ਼ਨਸ ਹੈਗਾ ਇੰਸ਼ੋਰੈਂਸ ਵੀ ਔਰ ਕਮਿਊਨੀਕੇਸ਼ਨ ਇਹਨਾਂ ਨੇ ਪੂਰੀ ਰੱਖੀ ਹੋਈ ਹੈ ਹੁਣ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਹਾਂ ਰਣਦੀਪ ਸਿੰਘ ਚਾਵਲਾ ਹੋਰਾਂ ਦਾ ਫਿਊਚਰ ਪਲਾਨ ਕੀ ਹੈਗਾ ਜਿਵੇਂ ਮੈਂ ਪਹਿਲਾਂ ਕਿਹਾ ਜੀ ਅਸੀਂ ਕਾਫੀ ਸੀ ਪੀ ਏ ਨਾਲ ਅਟਰਨੀਜ਼ ਨਾਲ ਅਤੇ ਹੋਰ ਮੋਰਗੇਜ ਬ੍ਰੋਕਰਸ ਨਾਲ ਚਾਹੇ ਕਮਰਸ਼ਲ ਸਾਈਡ 'ਤੇ ਹੋਣ ਚਾਹੇ ਪਰਸਨਲ ਸਾਈਡ 'ਤੇ ਹੋਣ ਰੈਜੀਡੈਂਸ਼ਲ ਸਾਈਡ 'ਤੇ ਹੋਣ ਉਹਨਾਂ ਨਾਲ ਪਾਰਟਨਰ ਕਰਦੇ ਹਾਂ ਸੋ ਸਨ ਅਤੇ ਜੇ ਤੁਹਾਡੀ ਕਮਿਊਨਿਟੀ ਵਿੱਚ ਮੈਂ ਆਪਣੇ ਕਸਟਮਰ ਨਾਲ ਗੱਲ ਕਰਾਂਗਾ ਇੱਥੇ ਜੇ ਤੁਹਾਡੀ ਕਮਿਊਨਿਟੀ ਵਿੱਚ ਤੁਹਾਡੇ ਸ਼ਹਿਰ ਵਿੱਚ ਤੁਹਾਡੇ ਕੋਲ ਕਲਾਇੰਟ ਬੇਸ ਹੈ ਤੁਹਾਡੇ ਕੋਲ ਬਿਜ਼ਨਸਿਸ ਨੇ ਤੁਸੀਂ ਸਾਨੂੰ ਕੰਟੈਕਟ ਕਰੋ ਅਸੀਂ ਤੁਹਾਨੂੰ ਨਾਲ ਰੱਖ ਕੇ ਅਸੀਂ ਤੁਹਾਡੀ ਕਮਿਊਨਿਟੀ ਵਿੱਚ ਆ ਕੇ ਤੁਹਾਡੇ ਨਾਲ ਪਾਰਟਨਰ ਕਰਨ ਦੀ ਕੋਸ਼ਿਸ਼ ਕਰਾਂਗੇ ਕਹਿੰਦਾ ਭਾਵ ਹੈ ਹੀ ਕੈਨ ਬਿਕਮ ਦੀ ਏਜੰਟ ਆਫ ਦੈਟ ਸਟੇਟ ਫੋਰ ਐਕਸੀਡ ਇੰਸ਼ੋਰੈਂਸ ਯੈਸ ਉਹਦੇ ਵਿੱਚ ਲਾਇਸੈਂਸਿੰਗ ਹੁੰਦੀ ਹੈ ਉਹਦੇ ਵਿੱਚ ਗੱਲ ਹੁੰਦੀ ਹੈ ਯੂ ਨੋ ਜਿਹੜਾ ਪ੍ਰੋਪਰ ਪ੍ਰੋਸੈਸ ਫੋਲੋ ਕਰਨਾ ਹੈ ਐਜ਼ ਫਾਰ ਐਜ਼ ਉਹ ਕਰ ਸਕਣ ਤਾਂ ਯੈਸ ਅਤੇ ਜਿਵੇਂ ਅਸੀਂ ਰਾਬਤਾ ਕਾਇਮ ਕੀਤਾ ਹੋਇਆ ਹੈ ਰਣਦੀਪ ਸਿੰਘ ਚਾਵਲਾ ਹੋਰਾਂ ਦੇ ਨਾਲ ਇਹਨਾਂ ਦਾ ਇੱਕ ਹੋਰ ਟੀਚਾ ਇਹਨਾਂ ਦਾ ਇੱਕ ਏਮ ਹੋਰ ਵੀ ਹੈ ਇਹ ਚਾਹੁੰਦੇ ਹਨ ਕਿ ਜਿਹੜੀ ਸਾਡੀ ਨਵੀਂ ਪਨੀਰੀ ਹੈ ਯਾਨੀ ਕਿ ਜਿਹੜੇ ਸਾਡੇ ਯੰਗਸਟਰਸ ਹਨ ਜਿਹੜੇ ਸਾਡੇ ਯੂਥ ਹੈ ਉਹ ਅੱਗੇ ਆਏ
ਉਹ ਫਾਈਨੈਂਸ ਬਿਜ਼ਨਸ ਦੇ ਵਿੱਚ ਜੇਕਰ ਆਪਣਾ ਕਰੀਅਰ ਸੋਚ ਰਹੇ ਹਨ ਅਤੇ ਉਹਨਾਂ ਨੂੰ ਜੇਕਰ ਪ੍ਰੋਪਰ ਗਾਈਡੈਂਸ ਚਾਹੀਦੀ ਹੈ ਤਾਂ ਉਹਦੇ ਲਈ ਵੀ ਉਹ ਸੰਪਰਕ ਕਰ ਸਕਦੇ ਹਨ, ਦੇ ਕੈਨ ਕਾਲ ਟੂ ਰਣਦੀਪ ਸਿੰਘ ਚਾਵਲਾ ਐਂਡ ਦੇ ਕੈਨ ਟੇਕ ਹਿਸ ਐਡਵਾਈਸ ਬਿਕੋਜ਼ ਹੀ ਇਜ਼ ਇਨ ਦਿਸ ਇੰਡਸਟਰੀ ਫਰੋਮ ਲਾਸਟ 20 ਈਅਰਸ, ਸੋ ਯੂ ਕੈਨ ਆਸਕ ਫੋਰ ਐਨੀ ਕਾਇੰਡ ਆਫ ਐਡਵਾਈਸ ਇਫ ਯੂ ਵਾਂਟ, ਤੁਸੀਂ ਲੈ ਸਕਦੇ ਹੋ। ਸੋ ਕੀ ਐਡਵਾਈਸ ਜੇਕਰ ਤੁਸੀਂ ਦੇਣਾ ਚਾਹੋ ਹੁਣੇ ਹਾਲ ਫਿਲਹਾਲ ਦੇ ਵਿੱਚ ਉਹਨਾਂ ਨੂੰ? ਮੈਂ ਜੀ ਅੱਜ ਕੱਲ੍ਹ ਦੀ ਜਨਰੇਸ਼ਨ ਨਾਲ ਆਹੀ ਗੱਲ ਕਰੂੰਗਾ ਕਿ ਵੀ ਜੇ ਤੁਸੀਂ ਇੰਸ਼ੋਰੈਂਸ ਇੰਡਸਟਰੀ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਵੀ ਹੋਰ ਇੰਡਸਟਰੀ ਜਾਣ, ਕਿਸੇ ਵੀ ਤਰੀਕੇ ਤੋਂ ਮੇਰੀ ਹੈਲਪ ਲੋੜ ਹੈ, ਆਮ ਅਵੇਲੇਬਲ, ਬਟ ਅਸੀਂ ਆਪਣੇ ਬਿਜ਼ਨਸ ਵਿੱਚ ਵੀ ਇਸ ਟਾਈਮ ਹਾਇਰਿੰਗ ਕਰ ਰਹੇ ਹਾਂ, ਇੰਪਲੋਈਜ਼ ਦੀ ਵੀ ਔਨ ਸੈਲਰੀ, ਏਜੰਟਸ ਦੀ ਵੀ। ਸੋ ਜੇ ਕੋਈ ਇੰਟਰਸਟਿਡ ਹੈਗਾ ਤਾਂ ਤੁਸੀਂ ਸਾਨੂੰ ਕੰਟੈਕਟ ਕਰੋ ਜਾਂ ਸਾਨੂੰ ਈਮੇਲ ਕਰੋ ਅਤੇ ਅਸੀਂ ਗੱਲ ਕਰਾਂਗੇ, ਬਿਕੋਜ਼ ਅੱਜ ਕੱਲ੍ਹ ਦੀ ਜਨਰੇਸ਼ਨ ਵੱਖਰੀ ਸੋਚਦੀ ਹੈ ਅਤੇ ਮੈਂ ਪਰਸਨਲ ਲੈਵਲ 'ਤੇ ਬਹੁਤ ਵਧੀਆ ਕਨੈਕਟ ਕਰਦਾ ਅੱਜ ਕੱਲ੍ਹ ਦੀ ਜਨਰੇਸ਼ਨ ਨਾਲ। ਸੋ ਮੈਂ ਜ਼ਰੂਰ ਰੈਕਮੈਂਡ ਕਰੂੰਗਾ ਜਿਹੜੇ ਮੇਰੇ ਜਿਹੜੇ ਆ ਪ੍ਰੋਗਰਾਮ ਦੇਖ ਰਹੇ ਨੇ ਉਹ ਜ਼ਰੂਰ ਜੇ ਵਿੱਚ ਵਿਚਾਰ ਰੱਖਦੇ ਆ ਇੰਸ਼ੋਰੈਂਸ ਬਿਜ਼ਨਸ ਆਉਣ ਦਾ, ਸਾਨੂੰ ਜ਼ਰੂਰ ਕੰਟੈਕਟ ਕਰੋ। ਅਤੇ ਜੇਕਰ ਤੁਸੀਂ ਚਾਹੁੰਦੇ ਹੋ ਇੰਸ਼ੋਰੈਂਸ ਔਰਗਨਾਈਜੇਸ਼ਨਸ ਦੇ ਵਿੱਚ ਕੰਮ ਕਰਨ ਦੀ, ਜੇਕਰ ਤੁਸੀਂ ਏਜੰਟ ਬਣਨਾ ਚਾਹੁੰਦੇ ਹੋ, ਜੇਕਰ ਤੁਹਾਡੀ ਨੈਟਵਰਕਿੰਗ ਅੱਛੀ ਹੈ, ਜੇਕਰ ਤੁਹਾਨੂੰ ਜੋਬ ਦੀ ਲੋੜ ਹੈਗੀ ਹੈ, ਤਾਂ ਫਿਰ TV ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲ ਰਿਹਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਰਾਬਤਾ ਕਾਇਮ ਕਰ ਸਕਦੇ ਹੋ ਰਣਦੀਪ ਸਿੰਘ ਚਾਵਲਾ ਹੋਰਾਂ ਦੇ ਨਾਲ। ਇਹ ਅੱਜ ਹੀ ਏਜੰਟ ਕੰਪਨੀ ਹੈ, ਅੱਜ ਹੀ ਦਾਇਰਾ ਹੈਗਾ ਜਿਹਨੂੰ ਕਈ ਕਮਰਸ਼ੀਅਲ ਲਾਈਨਸ ਦੇ ਵਿੱਚ ਏਜੰਸੀ ਆਫ ਦਾ ਈਅਰ ਨਾਲ ਵੀ ਨਵਾਜਿਆ ਗਿਆ ਹੈਗਾ, ਔਰ 2000 ਤੋਂ ਲੈ ਕੇ 2019 ਤੱਕ ਹਰ ਸਾਲ ਇਹਨਾਂ ਨੇ ਅਵਾਰਡ ਜਿੱਤਿਆ, ਔਰ ਸਭ ਤੋਂ ਵੱਡੇ ਪੱਧਰ 'ਤੇ ਇਹ ਕੰਪਨੀ ਇੰਸ਼ੋਰੈਂਸ ਏਜੰਟ ਲਈ ਕੰਮ ਕਰ ਰਹੀ ਹੈ, ਔਰ ਇੱਕ ਬ੍ਰੋਕਰੇਜ ਕੰਪਨੀ ਹੈਗੀ ਹੈ, ਔਰ ਵੱਖ ਵੱਖ ਜਿਹੜੀ ਇੰਸ਼ੋਰੈਂਸ ਕੰਪਨੀਜ਼ ਹੈਗੀ ਹੈ ਉਹਨਾਂ ਦੇ ਨਾਲ ਇਹਨਾਂ ਦਾ ਰਾਬਤਾ ਕਾਇਮ ਹੈਗਾ, ਔਰ ਤੁਹਾਨੂੰ ਗਾਈਡੈਂਸ ਦਿੰਦੇ ਹਨ ਪੂਰੀ ਬਿਜ਼ਨਸ ਦੇ ਵਿੱਚ ਕਿ ਤੁਸੀਂ ਬਿਜ਼ਨਸ ਦੇ ਵਿੱਚ ਤੁਹਾਨੂੰ ਕਿਹੜੀ ਕਿਹੜੀ ਇੰਸ਼ੋਰੈਂਸ ਦੀ ਲੋੜ ਹੈ, ਔਰ ਤੁਸੀਂ ਕਿਵੇਂ ਕਲੇਮ ਕਰ ਸਕਦੇ ਹੋ, ਤੁਹਾਡੇ ਹੱਕ ਕੀ ਨੇ, ਤੁਹਾਡੇ ਰਾਈਟਸ ਕੀ ਨੇ ਇੰਸ਼ੋਰੈਂਸ ਦੇ ਵਿੱਚ, ਇਹ ਕੰਪਨੀ ਤੁਹਾਨੂੰ ਜਾਣੂ ਕਰਵਾਉਂਦੀ ਹੈ। ਚਲੋ ਜੀ, ਇਹ ਹੈਗੀ ਹੈ ਟੀਮ ਐਕਸੀਡ, ਜਿਹਦੇ ਨਾਲ ਅਸੀਂ ਤੁਹਾਨੂੰ ਰਾਬਤਾ ਕਾਇਮ ਕਰਾਇਆ। ਪ੍ਰੋਫੈਸ਼ਨਲ ਟੀਮ ਹੈਗੀ ਹੈ, ਜੇਕਰ ਤੁਸੀਂ ਚਾਹੁੰਦੇ ਹੋ ਇੰਸ਼ੋਰੈਂਸ ਤਾਂ ਇਸ ਪ੍ਰੋਫੈਸ਼ਨਲ ਟੀਮ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ, ਔਰ ਇਹਨਾਂ ਦੀ ਲਾਜਵਾਬ ਸਰਵਿਸਿਜ਼ ਆਲ ਓਵਰ ਨੌਰਥ ਅਮੈਰੀਕਾ ਦੇ ਵਿੱਚ ਮਸ਼ਹੂਰ ਹੈਗੀ, ਔਰ ਹਰ ਸਾਲ ਇਹ ਉਹੀ ਟੀਮ ਹੈ ਜਿਹੜੀ ਅਵਾਰਡ ਜਿੱਤਦੀ ਹੈ, ਔਰ ਲੀਡਿੰਗ ਕਮਰਸ਼ੀਅਲ ਇਹ ਏਜੰਟ ਇੰਸ਼ੋਰੈਂਸ ਏਜੰਸੀ ਬਣੀ ਹੋਈ ਹੈ। ਨਾ ਭੁੱਲਿਓ, ਇਹਨਾਂ ਦਾ ਨਾਂ ਇਹ ਹੈਗੀ ਹੈ ਐਕਸੀਡ ਟੀਮ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ ਵਿਦ ਡਾਇਰੈਕਟਰ ਬ੍ਰੌਡਕਾਸਟਿੰਗ ਦੀਪਕ ਧੀਮਾਨ ਦੇ ਨਾਲ, ਜਸ ਪੰਜਾਬੀ ਦੇ ਲਈ।